ਰਾਤ ਦਾ ਰਸ਼ ਬਹੁਤ ਜ਼ਿਆਦਾ ਹੈ, 9 ਲੱਖ ਬਰਾਤੀ ਹੈ, 10ਵੀਂ ਦੇ ਡੀਂਹ ਸਿਹਰਾ ਬੰਦੀ ਹੈ, 9 ਲੱਖ 'ਚੋਂ 1 ਬਰਾਤੀ ਅੱਗਾਂ ਵਧੇ। ਅਲੀ ਅਕਬਰ ਦੇ ਗਲ 'ਚ ਇੱਕ ਹਾਰ ਪਾਇਆ, ਹਾਰ ਦੇ ਆਖਿਰ 'ਤੇ ਇੱਕ ਫੁੱਲ ਆਈ, ਫੁੱਲ ਦੇ ਵਿੱਚ ਇੱਕ ਖਾਰ ਆਈ ਜਿਹੜਾ ਜਿਗਰ 'ਚ ਲੱਗ ਗਏ। ਜਿਹੜਾ ਥੱਕਾ ਬੈਠਾ ਗਿੱਲਾ ਕੋਈ ਨਹੀਂ ਬਈ, ਜਿਹੜੇ ਬੰਦੇ ਰੋਂਦੇ ਪਏ ਹੋ ਠੀਕ ਹੈ, ਇਤਨਾ ਹੀ ਤੇਰਾ ਬਹਿ ਵਜਣੀ ਅਸੀਮ ਇਬਾਦਤ ਹੈ। ਇਬਾਦਤ ਤੇਰੀ ਉੱਥੋਂ ਸ਼ੁਰੂ ਹੋ ਕੇ ਜਿਹਨੇ ਘਰੋਂ ਨੀਅਤ ਕੀਤੀ ਹੈ, ਮੋਮਿਨ ਨੀਅਤ ਚ ਕਰੇ ਤੋਂ ਦਾ ਸਵਾਬ ਸ਼ੁਰੂ ਥੀ ਵੈਂਦਾ। ਨਮਾਜ਼ ਦੀ ਨੀਅਤ ਹੈ ਨਾ ਤੇ 2 ਘੰਟੇ ਬਾਅਦ ਪੜ੍ਹਨੀ ਹੈ, ਉਹ ਤਾਂ ਕਫਾਂ ਖੋਲ ਕੇ ਬਸ ਇਤਨਾ ਹੀ ਕਰਚਾ, ਤੇਰਾ ਸਵਾਬ ਸ਼ੁਰੂ ਹੋ ਗਿਆ। ਕੋਈ ਸੁਣਦੇ ਪਏ ਹੋ ਜਾਂ ਨਹੀਂ, ਭਾਵੇਂ ਨਮਾਜ਼ ਤੋਂ 2 ਘੰਟੇ ਬਾਅਦ ਹੀ ਮੈਂ ਪੜ੍ਹਿਆ। ਜੈ ਬੰਦੇ ਦੀ ਨਿਗਾਹ ਮੇਰੇ ਪਾਸੇ ਹੈ, ਮਾਤਮੀ ਆਜ਼ਾਦ ਆ ਰਹਾ, ਅਲੀ ਅਕਬਰ ਸੁਰਖ ਕਾਲੀਨ ਤੇ ਸੁੱਤਾ ਹੈ। ਜਿਨ੍ਹਾਂ ਹੈ ਕੀਤੀ ਹੈ ਬੰਦੇ ਉਹ ਗੱਲ ਸਮਝਾਏ, ਅਲੀ ਅਕਬਰ ਬੋਲੋ ਸੁਰਖ ਕਾਲੀਨ ਤੇ ਸੁੱਤਾ ਹੈ। ਹੁਣ ਮੇਰੇ ਕੋ ਜਵਾਬ ਰਹੇ ਹੋ, ਜਦੋਂ ਕਹਿਣ ਦੇ ਪੁੱਤਰ ਦੀ ਸ਼ਾਦੀ ਹੋਵੇ, ਔਰਤਾਂ ਆਦੀਆਂ ਅਸਾਂ ਪੁਰਾਣੇ ਜ਼ੇਵਰ ਨਹੀਂ ਪਾਉਣੇ। ਮੈਂ ਇਵੇਂ ਆਖਾਂ, ਪੁਰਾਣੇ ਜ਼ੇਵਰ ਅਲੀ ਦੀਆਂ ਧੀਆਂ ਲਹਾ ਕੇ ਕਮੀਆਂ ਕੁਚਲੀ ਤੇ, ਜੇਕੋ ਹੈ ਆਂਦੀ ਉਹ ਬੰਦਾ ਸਮਝੇ। ਕੋਈ ਨਵੇਂ ਜ਼ੇਵਰ ਹਨ, ਕਹੇ ਇੰਜ ਪਾਤੇ ਹਨ, ਕਹੇ ਇੰਜ ਪਾਤੇ ਹਨ ਜੀ। ਬਿਸਮਿਲ੍ਲਾ, ਮੈਂ ਨੌਕਰ ਛੋਟੀਆਂ ਬਹਿਣੀ ਜਿਹੜੀਆਂ ਹੁੰਦੀਆਂ ਨੇ ਉਹ ਜ਼ਿਆਦੀਆਂ ਲਾਡਲੀਆਂ ਹੁੰਦੀਆਂ ਨੇ। ਮੈਂ ਕੋ ਮੌਲਾ ਦੀ ਕਸਮ ਹੈ, ਬਨਰੇ ਦੀ 4 ਸਾਲਾਂ ਦੀ ਭੈਣ ਹੈ ਜਿਹੜੀ ਬਹਿਰਾ ਦੇ ਕੋਲ ਆ ਕੇ ਆਦੀ ਹੈ, ਦੂਰ ਤਾਂ ਸਦਕਾ ਲੈ ਆਈਆਂ, ਦੇਖ ਤੇਰੀ ਸ਼ਾਦੀ ਦੇ ਜ਼ੇਵਰ ਸੋਹਣੇ ਲੱਗਦੇ ਨੇ ਜਾਂ ਨਹੀਂ। ਅਲੀ ਦੀਆਂ ਧੀਆਂ ਔਖੇ ਮਾਮਲਾਂ 'ਤੇ ਚੜੀਆਂ ਨੇ। ਜੈ ਬੰਦੇ ਦੀ ਨਿਗਾਹ ਮੇਰੇ ਪਾਸੇ, ਬਹਿਰਾ ਦੀ ਖੁਸ਼ੀ ਦਾ ਹਾਰ ਮੇਰੇ ਮੌਲਾ ਸਜਾਦ ਕੋ ਪਵਾਇਆ ਨੇ, ਇਹੋ ਜਿਹਾ ਹਾਰ ਪਵਾਇਆ ਨੇ ਜੋ ਕਮਰ ਝੁਕ ਗਈ ਹੈ, ਨਾਲ ਬਾਕਰ ਉਲੂਮ ਨੇ ਚਵਾਏ। ਜਿਹੜੇ ਬੰਦੇ ਅੱਜਾਂ ਤੱਕ ਨਹੀਂ ਰੁਨੇ, ਉਹ ਬੰਦਾ ਝੋਲੀ ਵਧਾਵੇ, ਮੈਂ ਇੰਤਜ਼ਾਰ ਮੁਕਾਵਾਂ, ਵਹਿਣ ਦੇ ਬਿਲਕੁਲ ਕਰੀਬ ਆਵਾਂ। ਜਿਹੜਾ ਬੰਡਰੇ ਦਾ ਪਿਓ ਹੁੰਦਾ, ਉਹ ਕੋ ਪੂਰੀ ਸ਼ਾਦੀ ਦੇ ਵਿੱਚ ਹਰ ਬੰਦਾ ਦੱਸੈਂਦਾ ਵੀ ਹੈ, ਇਹ ਵਾਲੇ ਦੇ ਉਹ ਕੋ ਸੋਹਣੀ ਸਵਾਰੀ 'ਤੇ, ਸ਼ਬੀਰ ਬੁਲੰਦ ਸਵਾਰੀ 'ਤੇ ਚੜ੍ਹੇ ਜੀ। ਬਿਸਮਿਲ੍ਲਾ, ਮੈਂ ਇਜ਼ਾਫੀ ਗੱਲ ਕਰਨ ਦਾ ਆਦੀ ਨਾ, ਅਗਰ ਬੰਦੇ ਆਸੇ ਪਾਸੇ ਨਾ ਦੇਖਣ ਤਾਂ ਮੈਂ ਇਹ ਵੀ ਨਾ ਸਾਂ ਜੋ ਮੇਰੋ ਦੇਖ, ਇਹਦੇ 'ਚ 2-3 ਸੈਕਿੰਡ ਜ਼ਾਇਆ ਥੀ ਵੈਂਦੇ ਜੀ। ਬਿਸਮਿਲ੍ਲਾ, ਮੈਂ ਨੌਕਰ ਬਰਾਤ ਦਾ ਨਕਸ਼ਾ ਜ਼ਹਿਨ 'ਚ ਆ ਗਏ, ਬੋਲੋ ਬਾਬਾ ਨਕਸ਼ਾ ਆ ਗਏ ਸਰ ਸਾਂਗਾਂ 'ਤੇ, ਅਲੀ ਦੀਆਂ ਧੀਆਂ ਮਾਮਲਿਆਂ 'ਤੇ। ਮੌਲਾ ਸੱਜਾਦ ਅਲੈਹਿਸਲਾਮ ਦੀ ਕਮਰ ਝੁਕੀ ਹੋਈ, ਰਹਿਬ ਨੌਕਰਾਂ ਕੋ ਨਾਲ ਲਾ ਕੇ ਆਧਾ ਵਧਾ, ਦੇਰ ਕਿਉਂ ਥੀ ਗਈ, ਵੱਤ ਆਪਣੀ ਗੱਲੀ ਤੋਂ ਬਾਹਰ ਆ ਗਈ ਹੈ, ਗੱਲੀ ਤੋਂ ਬਾਹਰ ਆ ਕੇ ਵਤੀਵੇਂ ਦੇ ਦੇ ਵੱਤ ਨੌਕਰਾਂ ਤੋਂ ਦੇਖ ਕੇ ਆਦੇ, ਪਾਣੀ ਕੋ ਬਾਹ ਲੱਗ ਸਕਦੀ ਹੈ, ਮੇਰੇ ਮੌਲਾ ਦਾ ਕੌਲ ਗਲਤ ਨਹੀਂ ਹੋ ਸਕਦਾ। ਆਸੀ ਜ਼ਰੂਰ, ਪਤਾ ਨਹੀਂ ਦੇਰ ਕਿਉਂ ਥੀ ਗਈ ਹੈ। ਜਿਹੜੇ ਬੰਦੇ ਰੋਂਦੇ ਪਏ, ਜਨ ਆਖੇ ਨਾ ਪਤਾ ਨਹੀਂ ਦੇਰ ਕਿਉਂ ਥੀ ਗਈ, ਮੈਂ ਹੱਥ ਵਧੀ ਖੜਾ, ਮੇਰੇ ਕੋਲ ਵੀ ਇਹ ਲਫ਼ਜ਼ ਬਣਦਾ ਨਹੀਂ। ਇੱਕ ਬਦਮਾਸ਼ ਇਹਦੇ ਸਾਹਮਣੇ ਭਜਦਾ ਲੰਘੇ, ਜਿਹੜਾ ਦਵਾਦਾ ਲੋਗੋ ਬਾਈ ਦੀਆਂ ਬਹਿਣੀਆਂ ਆ ਗਈਆਂ ਨੇ। ਸ਼ਾਲਾ ਦੁਨਿਆਵੀ ਗਮ 'ਚ ਕਦੇ ਹੈ ਨਾ ਕਰੋ, ਉੱਥੇ ਜ਼ਮੀਨ 'ਤੇ ਡੱਠਾ ਹੈ। ਨੌਕਰਾਂ ਕਹਦੇ ਮੈਂ ਕੋ ਟੇਕ ਦੇ ਕੇ ਦਰ ਤੱਕ ਗਿੰਝ ਲੋ, ਦਰਵਾਜ਼ੇ ਦੇ ਅੰਦਰ ਬਹੁ ਔਖਾ ਆਏ, ਬੀਵੀ ਆਦੀ ਖੈਰ ਤਾਂ ਹੈ, ਯਾਦੇ ਖੈਰ ਕੋਈ ਨਹੀਂ, ਜਲਦੀ ਕਰੋ ਕੁਰਾਨ ਚਾਹੋ, ਨੂਹਾਂ ਕੋ ਕੁਰਾਨ ਚਾਹ ਦੇ, ਸੂਰੇ ਕਾਫ ਪੜ੍ਹੋ। ਇਤਫਾਕਨ ਨਹੀਂ, ਕਈ ਬੰਦੇ ਆਦਨ ਇਤਫਾਕਨ ਸੂਰੇ ਕਾਫ ਆ ਗਈ, ਸਾਡੇ ਵਾਸਤੇ ਹੁਕਮ ਹੈ। ਕੋਈ ਔਖੀ ਖਬਰ, ਕੋਈ ਜ਼ਲਜ਼ਲਾ, ਇਸ ਕਿਸਮ ਦੀ ਕੋਈ ਟਾਈਮ ਆ ਵਜੇ ਤਾਂ ਸੂਰੇ ਕਾਫ ਪੜ੍ਹੋ, ਸਾਡੇ ਵਾਸਤੇ ਵੀ ਹੁਕਮ ਹੈ। ਯਾਦੇ ਜਲਦੀ ਕਰੋ ਸੂਰੇ ਕਾਫ ਦੀ ਤਿਲਾਵਤ ਕਰੋ, ਅਤੇ ਹਰ ਵਾਰੀ ਮੁਕਾ ਕੇ ਤਾਂ ਦੁਆ ਮੰਗਣੀ, ਇਨਸ਼ਾਅੱਲਾ ਜੰਝ ਦੋ ਖੈਰ ਹੋਵੇ ਸਦਕੇ। ਤੁਹਾਡੀ ਮੈਂ ਸੁਣਦਾ ਪਿਆ, ਤੁਹਾਡੀ ਹਾਇਤ ਦੇ ਵਿੱਚ ਤਸਲਸਲ ਹੈ, ਹਰ ਬੰਦਾ ਤਵੱਜੋ ਨਾਲ ਜੀ। ਬਿਸਮਿਲ੍ਲਾ, ਮੈਂ ਨੌਕਰ ਗੈਰਤ ਵਾਲਿਆ ਦੇ, ਮੈਂ ਛੱਤ 'ਤੇ ਬਹਿ ਕੇ ਨਾ ਮੈਂ ਕੁਰਾਨ ਪੜ੍ਹਦਾ, ਛੱਤ 'ਤੇ ਬਹਿ ਕੇ, ਛੱਤ 'ਤੇ ਬਹਿ ਕੇ ਜਿਹੜਾ ਅਮਲ ਕੀਤਾ ਨਹੀਂ ਪਤਾ। ਖੈਰੇ ਬਾਬਾ, ਖੈਰੇ ਬਾਬਾ, ਬਾਬਾ ਇਨਸਾਨ ਹੈ ਨਾ। ਜੈ ਬੰਦੇ ਦੀ ਦੀਦ ਮੇਰੇ ਪਾਸੇ, ਅਹਿਲ ਸੁਨਤ ਜਮਾਤ ਦੇ ਹੋਸਨ, ਉਹਨਾਂ ਨੂੰ ਪਤਾ ਨਾ ਹੋ ਸੀ ਬਾਬਾ, ਕਦੋਂ ਟੈਨਸ਼ਨ ਇਹ ਚੀਜ਼ ਦੀ ਨਾ ਕਿਤੇ ਕਰੋ, ਆ ਤਬਾਂਦੇ ਨਾ। ਅਗਰ ਇਹਦੇ ਦਿਲ 'ਚ ਅਲੀ ਦੀ ਧੀ ਦੀ ਲੁੱਟੀ ਚਾਦਰ ਦਾ ਅਰਮਾਨ ਨਾ ਹੋਵੇ ਤਾਂ ਕਿਉਂ ਆਵੇ? ਬੋਲੋ, ਜਿਹੜਾ ਗੇਟ ਭੇਣ ਭਰਾ 10ਵੀਂ ਦੀ ਰਾਤ ਆਲੀ ਹਸੈਨ ਅਤੇ ਇਮਾਮ ਹੁਸੈਨ, ਇਮਾਮ ਬੈਠੇ ਆਦਨ ਜੋ ਹੋਰ ਸਾਡੇ
بی آدھی ہوں تواگ نہ پی آئی آواز آتی ہے بہن کہیں دور چ جڑا بندہ میری ماں دا حیا کرے وہ ساڈا ہوندا ہے جی بسم اللہ میں نوکر جڑا بندہ اج تک نہیں رونا مالک زندگی کرے سیدہ دا صدقہ جڑے بندے روندے پے ہو یاد ہے میں چھت تے باندھا میں قرآن پڑھدا تسیں قرآن پڑھو میں رو دیکھیں چاچا یہ ایویں میں دیدا پیا اکھا تھوڑی مستیاں پئی ہیں یہ جو چھت تے ہے تے سر نیزے تے ہے بھائی دے برابر سر ہے یہ سورہ کاف پڑھدا بیٹھا ہے جنا انہاں لفظاں تے آئے نا سہی کانو منا یا تے نہ آ جاوا بڑا عجیب قصہ ہے انہوں شبیر دا سر برابر ہے آواز آدھی اپنا بند کر میرا سن سیادہ دو کلے ترے آئین میری بیڑی نالے سامے تو دی جا کے ناتک تو دی جائے بغیر بدل دے قرآن لے جا کی تھوں پکایا جی بابا میں نو کر جڑے بندے روندے پہ ہو جنا رائب دے حسین آپا سے جہاں کلام ہوئے رب جانے چار سالان دی بچی رسی جدا کیویں کی دی ہے یہ بھی آئی ہے جی میں تسا پانی دعا لے بابے دی سانگلا کیا دیا پڑھ قرآن میری ماں جھڑ پئی ہے او جڑے ٹائم دا قرآن بند کی دئی اور دا پتھر پیا مرے نی جی بابا میں نوکر ہاتھ نہ بنو میری جی بسم اللہ میری نوکری سیادہ دے میں دے نال گھر گئی تے تلے لایا غیرت والے انتظار نہیں کیتی اتھوں زمین تے آئے نوکراں تلیاں ملیاں اکھاں کھلیاں تے سر گزر گیا ہائی بازار دا ماحول ہے جچائی کہہ دیے جدی کمر جھکی ہوئی ہے ایندے قریب آ دے رضا کتوں دا وسدا ہے کیڑے جرم دا کہہ دیے جڑا نیزے تے قران پڑھ دے تے ڈکے لگدا ہے سیدہ دے میں دئیو جرم ہے جو میں جی بسم اللہ میں دئیو جرم ہے جو میں سیدہ جڑا نیزے تے قرآن و دا پڑھ دے میں مظلوم دا پیوے کتوں دا وزدیں سیدہ دے مدینہ دے بیا منے سمئی اگر نہ منے دا اگر تو مدینہ دا ہوئے آ میرا مولا حسین تک قید رتھی وڑے رہے سیدہ دے یار جڑا میں ترائلی اکبر دا بابا گھر کوئی نہ یادے کوئی دائی بھیجی ہوئی آبادی لج پالو دیا لیا بھیڑے تو تیجی قیدہ چھڑا بھی لج پالو نوکر بھائی میں نوکر جی بابا میں نوکر میں لکھوئی ازادہ رند نوکر میں ماتمی اند نوکر آواز آن دیئے سار میں کنے امام آدے میں دے قبضے چھویا تب بھیڑی دی جھولی چھویا میں نے ان کو لاؤ کے قیمت پوچھی ہے وقت گھار دے بھی چاہے زیور نقدی جمع کی دی ہے بیوی کو دے جلدی کر ہوئے کالی نہ بچھا جڑیاں یہ اکبر دی برا تو ہسے کوئی مدینے دے کہہ دی ہے وطن کنا تول ویسے پیران دے گو ساری شکایت نہ ونج کریں زیور نقدی جمع کرائیے غیرہ تالے انہوں سر جھکے انہوں بھیڑ محمد دلے بھئیے بی بی یادی ہے تیرے سانگے ودی رول دیا میرا مظلوم ویران بی بی یادی ہے بھیڑ کو کلہ چھوڑی میں نیا میرا زخمی ویران جی بابا میں لو کرے آدھے کلا سر نویسی نہ قیدیوں کو نال گھنوان جنہیں بندے روندے پہ ہو غیرت آلے ہوں سر گھن کے چور پی آئے اپنے گھر دے بھی چاہے اندھیرا ہو کے کمرے کو کنڈی لئی ہے ایمیں ہتھاں تے چاہے اکل مار کیا دے کچھ را خدا بی بی دی چادر دواز دی اللہ دے نا تے رضا کونے کپے گلی چواز ایر میں کو سجن میں حسینہ تو میں لاکھ جی بسم اللہ میں نوکر میں لاکھ جی بابا میں نوکر ہاتھ جڑوں میں لکھوری اکھاں جڑے بندے روندے پہ ہو غیرت آلے آہانا کہا دے کچھ را خدا قرآن سنا میڈا امام آدھے تھوڑی جی دیر کر قرآن سنا نا دیا جنگلی جلوں دی ودی جڑی ہر موڑ جا دیا قرآن سنا میڈا پردہ بج بوئے
ਜੀ ਬਾਬਾ ਮੈਂ ਨੌਕਰ ਕਾਫਲਾ ਆਏ ਹੁਣ ਜਿਤਨੇ ਬੰਦੇ ਰੋਂਦੇ ਪਏ ਇੰਤਜ਼ਾਰ ਮੈਂ ਕਹਿੰਦਾ ਪਿਆ ਗੈਰਤ ਵਾਲਿਓ ਰਹਿਬ ਦੀ ਬੀਵੀ ਪੁੱਛੇ ਕਾਫਲੇ ਦੀ ਸਲਾਰ ਉਹਨਾਂ ਆਖੇ ਉਹ ਬੀਬੀ ਜਿਹੜੀ ਨਹੀਂ ਤੁਰ ਸਕਦੀ ਬੀਬੀ ਦੇ ਕਰੀਬ ਆ ਦੀ ਬੀਬੀ ਕਿਆ ਪਸੰਦ ਕਰੇ ਸੋ ਹਰ ਮੇਜ਼ਬਾਨ ਪੁੱਛ ਰਹੇ ਜੁਮਲਾ ਸਮਝੇ ਕਿ ਬਿਸਤਰ ਤੇ ਰੋਣੇ ਤਾਂ ਪੈਰਾਂ ਤੇ ਹੱਥ ਰੱਖ ਕੇ ਆਦੀ ਬੀਬੀ ਕਿਆ ਪਸੰਦ ਕਰੇ ਸੋ ਬੀਬੀ ਆ ਦੀ ਰੋਵਣ ਬੀਬੀ ਆਦੀ ਮੈਂ ਕੋ ਪਾਣੀ ਨਹੀਂ ਚਾਹੀਦਾ ਮੈਂ ਕੋ ਰੋਵਣ ਮੇਰਾ ਘਰ ਲੁੱਟਾ ਗਏ ਆਵਾਜ਼ ਆਉਂਦੀ ਹੈ ਬੀਬੀ ਬੇਸ਼ੱਕ ਰੋਹਾਲੀ ਆ ਬੀਬੀ ਆਪ ਨੀ ਰੋਨੀ ਹਰ ਪਰਦਾਦਾਰ ਕੋ ਆ ਕੇ ਸਵੇਣ ਕਰਕੇ ਨੋ ਬੀਬੀਆਂ ਵੇਣ ਕਰਕੇ ਰੋਂਦੀਆਂ ਬੈਠੀਆਂ ਬੀਬੀ ਆਉਂਦੀ ਹੈ ਹੇ ਇਜਾਜ਼ਤ ਮੈਂ ਹੁਣ ਰੋਵਾਂ ਬੀਬੀ ਆਉਂਦੀ ਆਇਓ ਮੇਰਾ ਹੁਸੈਨ ਵੀਰ ਜਿਹੜੇ ਬੰਦੇ ਆਏ ਕਰਕੇ ਰੋਂਦੇ ਪਏ ਲਫ਼ਜ਼ ਹੁਸੈਨ ਹੈ ਜ਼ਮੀਨ ਹੱਲਣ ਲੱਗ ਗਈ ਹੈ ਆਦਿਆ ਹਰ ਬੀਬੀ ਰੋਵੇ ਹੀ ਕਰ ਤੂੰ ਨਾ ਰੋ ਹੁਸੈਨ ਤਾਂ ਮੇਰੇ ਪੀਰ ਦਾ ਨਾਂ ਹੈ ਬੀਬੀ ਆਦੀ ਕਿਵੇਂ ਰੋਵਾਂ ਆਦੀ ਬਹਿਰਾ ਦੇ ਪੁੱਤਰਾਂ ਦੇ ਨਾਂ ਜਾ ਬੀਬੀ ਆਦੀ ਸਜਾਦ ਕੈਦੀ ਦਾ ਬਾਬਾ ਅਲੀ ਅਕਬਰ ਦਾ ਬਾਬਾ ਮੂੰਹ ਤੇ ਹੱਥ ਦੇ ਕੇ ਆਦੀ ਇਹੀ ਦੀ ਜਾਣੇ ਮੈਂ ਨਾ ਕਰ ਬਹਿਰਾ ਦੇ ਬਹਿਰਾਵਾਂ ਦਾ ਨਾਂ ਜਾ ਬੀਬੀ ਆਦੀ ਹਸਨ ਦਾ ਵੀਰ ਮੁਹੰਮਦ ਅਨਫੀਆ ਦਾ ਵੀਰ ਅਬਾਸ ਦਾ ਵੀਰ ਆਦੀ ਇਹਦੇ ਆਸਰੇ ਤੇ ਬੀਬੀ ਤੁਰਦੀ ਆਉਂਦੀ ਹੈ ਬੀਬੀ ਆਦੀ ਕਿਵੇਂ ਰੋਵਾਂ ਆਦੀ ਮਿੰਨਾ ਤਲਾ ਬਹਿਰਾ ਆਉਂਦੀ ਧੀਆਂ ਦਾ ਨਾ ਜਾ ਜਿਹੜੇ ਬੰਦੇ ਰੋਂਦੇ ਪਏ ਉਹ ਪਹਿਲੇ ਉਹਦਾ ਵੇਣ ਕੀਤੇ ਜੇ ਕੋ ਟੁਰਦੇ ਉਸ ਤੋਂ ਅਲੀ ਅਕਬਰ ਦਾ ਆਇਆ ਵਤੂ ਦਾ ਵੇਣ ਕੀਤੇ ਜਿਹਦਾ ਸ਼ਾਮੇ ਗਰੀਬਾਂ ਖੁਦਾ ਜੋ ਲੁੱਟਾ ਗਏ ਅਜੇ ਤ੍ਰੀਜਾ ਨਾ ਨਹੀਂ ਚਾਇਆ ਜੋ ਛੋਟੇ ਛੋਟੇ ਹੱਥ ਕਦਮਾਂ ਤੇ ਆਏ ਅੰਮਾ ਮੇਰਾ ਨਾਂ ਨਚਾਵੇ ਰਾਏ ਦੀ ਮਾਂ ਦੇ ਪੈਰਾਂ ਤੇ ਝੜੀਏ ਹੱਕਲ ਮਾਰ ਕੇ ਆਦੀ ਅੰਮਾ ਸਕੂਨ ਲੁੱਟ ਪੈ ਗਈ ਮੈਂ ਕੋਈ ਵੇ ਲੱਗਦਾ ਹੁਸੈਨ ਦੀਦੀ ਤੇਰੀ ਆਦੀ ਅੰਮਾ ਮੇਰਾ ਨਾਂ ਜੀ 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 ਬਾਬਾ ਮੈਨੂੰ ਕਰ ਗੱਲ ਖਤਮ ਜੀ ਬਿਸਮਿਲਾ ਮੈਨੂੰ ਕਰ ਜਿਹੜੇ ਬੰਦੇ ਰੋਂਦੇ ਪਏ ਹੋ ਆਵਾਜ਼ਾਂ ਜੇ ਬਹਿਰਾ ਉਹਦੀਆਂ ਬਹਿਣਾ ਦੇ ਨਾਂ ਚਾ ਪਹਿਲੇ ਹੁਸੈਨ ਦਾ ਨਾਂ ਚਾਹ ਜੇ ਕੋ ਲਾਹੌਰ ਵਾਲੀ ਸੈਣ ਸਦੇ ਨੇ ਵਤੋਂ ਬਹਿਣ ਦਾ ਨਾਂ ਚਾਹ ਜਿਹੜੀ ਖਾਲੀ ਝੋਲੀ ਵਾਲੀ ਆਵਾਜ਼ ਆਉਂਦੀ ਹੈ ਬੀਬੀ ਈ ਵਾਸਤੇ ਉੱਜੜ ਗਈ ਹੈ ਬਹਿਰਾਵਾਂ ਦੇ ਨਾਂ ਹੋਏ ਪੁੱਤਰਾਂ ਦੇ ਨਾਂ ਹੋਏ ਜਿਵੇਂ ਮੇਰੇ ਸਰਦਾਰਾਂ ਦੇ ਨਾਂ ਹੈ ਇਹੀ ਵਾਸਤੇ ਤਾਂ ਲੁੱਟੀ ਗਈ ਹੈ ਬੀਬੀ ਆਦੀ ਕਿਵੇਂ ਰੋਵਾਂ ਰੋ ਕੇ ਆਦੀ ਮਿੰਨਤ ਲਾ ਜੇ ਰੋਣਾ ਚਾਹੁੰਦੀ ਹੈ ਤਾਂ ਇੱਕੋ ਤਰੀਕਾ ਬੀਬੀ ਆਦੀ ਦੱਸਾ ਆਵਾਜ਼ ਆਉਂਦੀ ਬੀਬੀ ਜੇ ਰੋਣਾ ਚਾਹੁੰਦੀ ਹੈ ਤਾਂ ਵੱਧ ਆਪਣੇ ਨਾਂ ਨਾਲ ਨਾ ਮਿਲਾ ਕਰੋ ਬੀਬੀ ਆਦੀ ਜੇ ਆਪਣੇ ਨਾਂ ਨਾਲ ਨਾ ਮਿਲਾਉਣੇ ਉੱਥੋਂ ਨਾ ਕਰੋ ਮੇਰੇ ਨੇੜੇ ਆ ਬੀਬੀ ਆਦੀ ਮਿਲਾ ਤਲਾ ਮੇਰੇ ਸਾਹਮਣੇ ਵਾਲ ਖੋਲ ਜਾ ਬੀਬੀ ਆਦੀ ਮੇਰੇ ਸਾਰੀ ਖਾਂ ਕਰਵਾ ਜਿਹੜੇ ਬੰਦੇ ਵਹਿਣ ਕਰ ਕਰਾਉਂਦੇ ਪਏ ਹੋ ਗੈਰਤ ਆਲੋ ਬੀਬੀ ਤਲੀਆਂ ਦੇ ਕੇ ਉੱਠੀਏ ਕਰਬਲਾ ਦੇ ਪਾਸੇ ਮੂੰਹ ਕਿਤੇ ਅਕਲ ਮਾਰ ਕੇ ਆਦੀ ਆਲੀ ਵੀਰ ਭੇਣ ਰੁਲ ਗਈ ਆਈ ਬੀਬੀ ਆਦੀ ਹਰ ਕੋਈ ਰੋਵੇ ਕਾਲੀਆ ਨਾ ਰੋਏ ਜੀ ਬਾਬਾ ਮੈਂ ਨੌਕਰ ਆ ਗਈ ਹਿਕਮੇ ਚੁਕਵਾਣ ਉਤਾਈ ਹੈ ਜਿੱਥੇ ਰਹਿਮ ਕੁਰਾਨ ਵਿੱਚ ਸੁਣਦਾ ਆਈ ਆਦੀ ਕੀ ਹੋ ਜੇ ਕਹਿਦੀ ਕਿਨੇ ਘਰ ਉਜੜਦਾ ਪੀ ਆਈ ਆਦੇ ਮੈਂ ਇਹਦੇ ਕੋਲ ਪੁੱਛਦਾ ਜਿੰਨਾ ਕੇ ਦੱਸਾਂ ਕੌਣ ਹੈ ਸ਼ਬੀਰਾ ਦੇ ਮੈਂ ਕੋ ਸੁਜਾਨ ਮੈਂ ਹੁਸੈਨ ਮੇਰਾ ਅਕਬਰ ਮਾਰਾ ਗਏ ਬੀਬੀ ਤੋਂ ਦੇਖ ਕੇ ਆਦੇ ਬੜਾ ਜੁਰਮ ਕੀਤਾ ਮੇਰਾ ਸਰਦਾਰ ਮਾਰਾ ਗਏ ਅਲੀ ਅਕਬਰ ਦੀ ਜੰਗ ਤੇ ਲੁੱਟ ਪੈ ਗਈ ਹੈ ਇਹਨੇ ਵਾਪਸ ਲਈਏ ਜਿਵੇਂ ਤਸਾ ਪਾਣੀ ਦਵਾਉਂਦਾ ਹੈ ਹੱਕਲ ਮਾਰ ਕੇ ਆਦੇ ਬੀਬੀ ਮੈਂ ਮਾਫੀ ਮੰਗਦੀ ਹਾਂ ਅੱਲਾ ਦੇ ਨਾਂ ਤੇ ਦੱਸਾਂ 18 ਫਿਰਾਵਾਂ ਦੀ ਬਹਿਣ ਆਵੇ ਬੀਬੀ ਮਾਤਮ ਕਰਕੇ ਰੋ ਰੋ ਕੇ ਆਦੀ ਮੈਨੇ ਮੁੱਕ ਗਏ ਮਾਣ ਕਾਫੀ ਗੱਲ ਖਤਮ ਜੀ ਬਾਬਾ ਮੈਂ ਨੌਕਰ ਮੌਲਾ ਦੇ ਨਾਂ ਉੱਤੇ ਨਾਰਾਜ਼ ਨਹੀਂ ਹੋਣਾ ਜਿਹੜੇ ਬੰਦੇ ਹੈ ਕਰਕੇ ਰੋਂਦੇ ਪਏ ਹੋ ਮੈਂ ਕੋ ਮੌਲਾ ਦੀ ਕਸਮ ਹੈ ਜਿਹੜਾ ਬੰਦਾ ਜਾਨੀ ਰੁਲਾ ਆਖਰੀ ਮਿੰਟ ਮਿੰਬਰ ਪਿਆਰੇ ਭਾਈ ਦੇ ਹਵਾਲੇ ਆਵਾਜ਼ ਆਉਂਦੀ ਹੈ ਬੀਬੀ ਮੈਂ ਕੋ ਦੱਸਾਂ ਤਾਂ ਸਹੀ ਤੇਰੇ ਮਾਣ ਮੋਗੇ ਤੇਰਾ ਕਾਜ਼ੀ ਤੁਰ ਗਏ ਮੈਨੂੰ ਦੇਖੇ ਭਾਈ ਜਾਨੀ ਥਈ ਮੈਂ ਕਹਿੰਦਾ ਪਿਆ ਆਵਾਜ਼ ਆਉਂਦੀ ਹੈ ਤੇਰੇ ਮਾਣ ਮੋਗੇ ਤੇਰਾ ਕਾਜ਼ੀ ਤੁਰ ਗਿਆ ਹੈ ਅੱਲਾ ਦੇ ਨਾਮ ਤੇ ਰਜ਼ਾ ਇਹ ਜਿਹੜੀ ਬੱਚੀ ਹੈ ਇਹ ਕੌਣ ਹੈ ਜਿਹਦੇ ਰੁਖਸਾਰ ਜ਼ਖਮੀ ਹੈ ਜਿਹਦੇ ਪੈਰ
معصومہ اٹھی ہے ہکل مار کے دیے میری ماں کو نہ پوچھ ہکل مار کے دیے میں نہ ساواں جو رخسار زخمی کیوں ہیں میں کو گھوڑیاں نال بھجے دے رہے میں کچھ میرے تماچے مرے دار میں آہدی رہی ہوں